ਜਨਤਾ ਦੀ ਵਾਰ ਦੇਖਦੇ ਸਾਰੇ ਦੋਸਤਾਂ ਦਾ ਸਵਾਗਤ ਹੈ। ਇਸ ਵਕਤ ਅਸੀਂ ਖੜ੍ਹੇ ਹਾਂ ਸਰਕਾਰੀ ਹਸਪਤਾਲ ਦੇ ਵਿੱਚ, ਜਿੱਥੇ ਕਿ 14 ਸਾਲ ਦੀ ਇੱਕ ਲੜਕੀ ਦੇ ਨਾਲ ਜਬਰ ਜਨਾਹ ਕੀਤਾ ਗਿਆ। ਸਾਡੇ ਨਾਲ ਪਿੰਡ ਵਾਸੀ ਮੌਜੂਦ ਹੈ, ਗੱਲਬਾਤ ਕਰਦੇ ਹਾਂਗੇ ਕਿ ਉਹਨਾਂ ਦਾ ਇਸ ਪੀੜਤ ਪਰਿਵਾਰ ਲਈ ਕੀ ਕਹਿਣਾਗਾ। ਹਾਂਜੀ ਆਂਟੀ ਜੀ, ਕੀ ਕਹਿਣਾ ਚਾਹੁੰਦੇ? ਬੇਟਾ ਉਹਨਾਂ ਨੇ ਬਹੁਤ ਜਬਰ ਜਨਾਹ ਕੀਤਾ, ਜਾਣੀ ਸਾਡੇ ਕੋਲ ਹੁਣ ਜਾਇਆ ਇਹਨੂੰ ਉਹ ਥਾਣੇ 'ਚ, ਕਹਿੰਦੇ ਵੀ ਅਸੀਂ 50,000 ਦਿੰਦੇ ਹਾਂ, ਵੀ ਤੁਸੀਂ ਦੱਸਣ, ਇਹ ਸਾਰੇ ਮੁਲਾਜ਼ਮ ਵੀ ਦੱਸਣ ਵੀ 50,000 ਵਾਲੀ ਗੱਲ ਹੈ। ਜੇ ਉਹਨਾਂ ਨਾਲ ਜਬਰ ਜਨਾਹ ਹੋ ਜਾਵੇ ਅਸੀਂ ਲੱਖ ਦੇ ਦਿਆਂਗੇ, ਉਹ ਮੰਨ ਜਾਣਗੇ। ਕੀ ਨਾਂ ਸੀ ਜਿੰਨਾਂ ਦੀ ਮਤਲਬ ਇਹ ਘਟਨਾ ਘਟੀ ਹੈ ਜੀ? ਇਹ ਕੁੜੀ ਦਾ ਨਾਂ ਕੀ ਆ? ਕੁੜੀ ਦਾ ਨਾਂ ਤਾਂ ਨਹੀਂ, ਉਹਦਾ ਨਾਂ ਕੁਲਦੀਪ ਸਿੰਘ ਮੁੰਡੇ ਦਾ। ਠੀਕ ਹੈ, ਕਿੰਨੀ ਉਮਰ ਸੀ ਉਹਨਾਂ ਦੀ ਜੀ? 33 ਸਾਲ ਸੀ। 33 ਸਾਲ ਦੇ ਹਿਸਾਬ ਨਾਲ ਤਾਂ ਉਹਨਾਂ ਦੀ ਬੇਟੀ ਬਰਾਬਰ ਹੋਈ ਸੀ? ਹਾਂ, ਉਹਦੀ ਬੇਟੀ ਬਰਾਬਰ ਹੈਗੀ, ਓਡੀ ਕੀ ਉਹਦੀ ਬੇਟੀ, ਇਕੱਠੇ ਖੇਡਦੇ ਨੇ ਬੱਚੇ ਇਹਨਾਂ ਦੇ, ਕੋਲ ਹੀ ਘਰ ਹੈ। ਹਾਂ, ਓਡੀ ਕੀ ਬੇਟੀ ਉਹਦੀ ਆ, ਓਡੀ ਕੀ ਇਹ ਆ ਜਿਹੜੀ ਨਾ ਇਹਨੇ ਜਬਰ ਜਨਾਹ ਕੀਤਾ। ਹਾਂਜੀ ਆਂਟੀ ਜੀ। ਹਾਂ ਜੀ, ਬਹੁਤ ਵੱਡੀ ਗਲਤੀ ਹੈ ਜੀ ਉਹਦੀ। ਬਾਕੀ ਰਾਹ ਛੱਡ ਦਿਓ, ਇੱਧਰ ਹੋ ਜਾਓ ਜੀ, ਇੱਧਰ ਖੜੇ ਕੀ ਕਰਦੇ ਹੋ ਤੁਸੀਂ? ਹਾਂਜੀ, ਗਰੀਬ ਸਮਝ ਕੇ ਕਰ ਲਿਆ ਵੀ ਉਹਦੇ ਮਾਂ ਬਾਪ ਗਰੀਬ ਨੇ, ਜਮਾਂ 8 ਘਰਾਂ ਦਾ ਕੰਮ ਕਰਦੀ ਆ ਕੁੜੀ ਦੀ ਮਾਂ, ਪਿਓ ਰੇਹੜੀ ਤੇ ਵਿਚਾਰਾ ਕਿਚਰ ਜੂਠੇ ਭਾਂਡੇ ਮਾਜਿਆ, ਐਂ ਟਾਈਮ ਪਾਸ ਕਰਦੇ ਨੇ, ਉਹਨਾਂ ਨੇ ਐਂ ਦੇਖ ਲਿਆ ਵੀ ਇਹਨਾਂ ਦਾ ਕੋਈ ਨਹੀਂ। ਹੁਣ ਅੱਜ ਅਸੀਂ ਇਸ ਗਰੀਬ ਦੇ ਨਾਲ ਖੜੇ ਆ, ਉਹਨੂੰ ਵੱਡੀ ਤੋਂ ਵੱਡੀ ਸਜ਼ਾ ਮਿਲਣੀ ਚਾਹੀਦੀ ਆ, ਕੋਈ ਉਹਦੀ ਜਵਾਨਤ ਵੀ ਨਹੀਂ ਹੋਣੀ ਚਾਹੀਦੀ, ਫਾਂਸੀ ਦੀ ਸਜ਼ਾ ਹੋਣੀ ਚਾਹੀਦੀ। ਕੱਲ੍ਹ ਨੂੰ ਕਿਸੇ ਦੀ ਹੋਰ ਧੀ ਭੈਣ ਨਾਲ, ਫਿਰ ਜੀ ਉਹ ਉਲਟੇ ਆ ਕੇ ਕਹਿੰਦੇ ਨੇ 50,000 ਲੈ ਲਓ, ਅਸੀਂ ਜੇ 1,00,000 ਦਿੰਦੇ ਹਾਂ ਇਕੱਠਾ ਕਰਕੇ ਸਾਰੇ ਭੈਣ ਭਾਈ, ਉਹਦੀ ਕੁੜੀ ਨਾਲ ਫਿਰ ਉਹਦੇ ਘਰ ਵਾਲੇ ਦੀ ਕੋਈ ਗੱਲਬਾਤ ਕਰਾ ਦਾਂ ਅਸੀਂ, ਫਿਰ ਮਨ ਖੁਸ਼ ਹੈ ਜੀ ਜੇ ਬਿੜੀ ਲਏ, ਫਿਰ ਰਾਜੀ ਬੰਦਾ ਨਹੀਂ, ਰਾਜੀ ਬੰਦਾ ਕਰ। ਪੁਲਿਸ ਪ੍ਰਸ਼ਾਸਨ ਨੇ ਤੁਹਾਨੂੰ ਕੀ ਵਿਸ਼ਵਾਸ ਦਵਾਇਆ ਹੁੰਦਾ? ਉਹਨਾਂ ਨੇ ਜੇ ਸਾਡੇ ਨਾਲ ਕੋਈ ਗੱਲਬਾਤ ਨਹੀਂ ਕਰੀ, ਕੋਈ ਗੱਲਬਾਤ ਨਹੀਂ ਜੀ ਸਾਡੇ ਨਾਲ ਕਰੀ ਉਹਨਾਂ ਨੇ, ਆਪਾਂ ਇਵੇਂ ਕਹਿ ਦਈਏ ਜੇ ਜੀ ਨਾ ਉਹ ਕਰਨਗੇ ਫਿਰ ਜੇ ਹੀ ਸੱਥ ਹੋਈ ਅਸੀਂ ਕਰਾਂਗੇ, ਕੋਈ ਧਰਨਾ ਲਾਈਏ ਕੁਛ ਵੀ ਕਰੀਏ, ਅਸੀਂ ਤਾਹਾਂ ਤੱਕ ਪਹੁੰਚਾਂਗੇ, ਅਸੀਂ ਤਾਹਾਂ ਤੱਕ ਪਹੁੰਚਾਂਗੇ ਬੇਟਾ, ਅਸੀਂ ਜਿੱਥੋਂ ਤੱਕ ਹੋਇਆ ਉੱਥੋਂ ਤੱਕ ਅਸੀਂ ਇਹਨਾਂ ਦੇ ਨਾਲ ਖੜੇ। ਸਾਡੇ ਨਾਲ ਹੋਰ ਵੀ ਪਿੰਡ ਵਾਸੀ ਮੌਜੂਦ, ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਹਾਂਜੀ ਬਾਈ ਜੀ, ਕੌਣ? ਇਹਦਾ ਉਹ ਬਹੁਤ ਗੰਦੀ ਹਰਕਤ ਕੀਤੀ। ਕੀ ਨਾਂ ਸੀ ਉਹਨਾਂ ਦਾ? ਕੁਲਦੀਪ ਸਿੰਘ। ਬੇਟੇ ਕੀ ਨਾਮ ਹੈ ਤੁਹਾਡਾ? ਮਨਪ੍ਰੀਤ ਕੌਰ। ਅੱਛਾ, ਕੀ ਗੱਲ ਹੋਈ ਸੀ ਤੁਹਾਡੀ? ਉਹਨੇ ਮੇਰਾ ਬਹੁਤ ਗੰਦੀ ਹਰਕਤ ਕੀਤੀ। ਕੀ ਨਾਮ ਉਹਨਾਂ ਦਾ? ਕੁਲਦੀਪ ਸਿੰਘ। ਕੀ ਮੰਗ ਕਰਦੇ ਹੋ? ਉਹਨਾਂ ਉਹਨੂੰ ਬਹੁਤ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ। ਮੇਰਾ ਨਾਂ ਹਰਵੰਸ ਕੌਰ ਬੇਟਾ। ਕੀ ਗੱਲ ਹੋਈ ਇਹ ਬੇਟਾ? ਜਿਹੜੀ ਇਹ ਬੱਚੀ ਹੈ ਨਮਾਲਕ ਹੈਗੀ, ਇਹਦੇ ਨਾਲ ਐਡੀ ਘਟਨਾ ਹੋਈ ਆ, ਇਕੱਲੀ ਸੀ ਘਰੇ ਇਹ ਇਕੱਲੀ ਕੋਲ ਜਾ ਵੜਿਆ ਕੁੜੀ ਨਾਲ ਦੁਰਦਸ਼ਾ ਕੀਤੀ ਹੈ ਇਹਨੇ, ਵੀ ਇਹਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ ਬੇਟਾ। ਕੀ ਨਾਮ ਹੈ ਜੀ ਉਹਦਾ? ਉਹਦਾ ਨਾਂ ਕੁਲਦੀਪ ਸਿੰਘ ਹੈ ਬੇਟਾ। ਕਿੰਨੀ ਉਮਰ ਹੈ ਜੀ? 33 ਸਾਲ। ਉਹਦੀ ਬੇਟੀ ਜਿਹੜੀ ਬੇਟੀ ਹੈ ਬੇਟਾ ਇਹ। ਨਾ ਹਜੇ ਤੱਕ ਕਿਸੇ ਨੇ ਕੋਈ ਸੁਣਵਾਈ ਨਹੀਂ ਕਰੀ ਸਾਡੀ, ਨਹੀਂ ਕੋਈ ਨਹੀਂ ਗਿਆ ਆਇਆ, ਕੋਈ ਨਹੀਂ ਇੱਥੇ ਆਇਆ, ਕੋਈ ਘਰੇ ਨਹੀਂ ਗਿਆ, ਕੋਈ ਨਹੀਂ ਗਿਆ। ਕੀ ਮੰਗ ਕਰਦੇ? ਸਾਡੀ ਤਾਂ ਇਹੀ ਮੰਗ ਆ ਵੀ ਉਹਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ, ਫਾਂਸੀ ਦੀ ਸਜ਼ਾ ਦਾ ਹੱਕਦਾਰ ਆ, ਨਮਾਲਕ ਬੱਚੀ ਆ ਨਾ, 12-13 ਸਾਲ ਦੀ ਵਿੱਚ ਬੇਟੀ ਹੈ, ਵੱਡੀ ਹੋਵੇ ਕੋਈ 20-21 ਸਾਲ ਦੀ, ਚੱਲ ਮੰਨ ਲਈਏ ਵੀ ਚੱਲ ਕੋਈ ਗੱਲ ਨਹੀਂ, ਖਬਰ ਕੁੜੀ ਦਾ ਨਾ ਕਸੂਰ ਹੋਇਆ, ਇਕੱਲੀ ਸੀ ਘਰੇ ਕੁੜੀ, ਕੋਈ ਬੱਚਾ ਨਹੀਂ ਸੀ, ਇਕੱਲੀ ਨੂੰ ਤਕਾਇਆ ਉਹਨੇ, ਉਹਨੂੰ ਸ਼ਰਮ ਤਾਂ ਨਾ ਆਈ, ਗਰੀਬ ਪਰਿਵਾਰ ਆ, ਨਰਮ ਪਰਿਵਾਰ ਆ, ਉਹਨੂੰ ਐਂ ਹੋ ਗਿਆ ਵੀ ਇਹ ਤਾਂ ਗਰੀਬ ਹੈਗੇ, ਵੀ ਇਹਨਾਂ ਦਾ ਕਿਹੜਾ ਕੋਈ ਬਾਲੀ ਵਾਰਸ ਆ, ਅਸੀਂ ਬੇਟਾ ਇਹਨਾਂ ਦੇ ਨਾਲ ਖੜੇ ਹਾਂ ਸਾਰੇ। ਉਹ ਰਮਦਾਸੀਆ ਸਿੰਘ ਆ, ਅਸੀਂ ਮਜ਼੍ਹਬੀ ਸਿੰਘ ਹੈਗੇ, ਕਿਤੋਂ ਛੇਤੀ ਉਹਨੂੰ ਗ੍ਰਿਫਤਾਰ ਕੀਤਾ ਜਾਵੇ, ਕੋਈ ਨਹੀਂ ਹੈਗਾ ਵੀ ਮਜ਼੍ਹਬੀ ਸਿੰਘਾਂ ਦਾ, ਰਮਦਾਸੀਆ ਸਿੰਘਾਂ ਦਾ, ਅਸੀਂ ਹੈ ਇੱਕ ਹੀ ਆਗੇ, ਸਾਡੇ ਰਲਮੇ ਘਰ ਆ ਗਏ, ਵਧੀਆ ਵਰਤਦੇ ਹਾਂ ਅਸੀਂ,
ਦੇਖੋ ਉਹਨੇ ਕੀ ਘਟਨਾ ਕੀਤੀ ਹੈ ਜੀ, ਉਹਨੂੰ ਸ਼ਰਮ ਤਾਂ ਨਹੀਂ ਆਈ ਵੀ ਇਹ ਬੇਟੀ ਤਾਂ ਮੇਰੀ ਬੇਟੀ ਵਰਗੀ ਆ, ਵੀ ਮੈਂ ਆਪਦੀ ਬੇਟੀ ਨਾ ਕਰ ਲਿਆ ਬਲਾਤਕਾਰ ਕੇ ਇਹ ਬੇਟੀ ਨਾ ਕਰ ਲਿਆ, ਉਹਨੂੰ ਐਂ ਸ਼ਰਮ ਹੋਣੀ ਚਾਹੀਦੀ ਸੀ। ਥਾਣੇ ਹਜੇ ਅਸੀਂ ਗਏ ਨਹੀਂ, ਅਸੀਂ ਹੁਣ ਆਏ ਹਾਂ ਵੀ ਹੁਣ ਦੇਖਦੇ ਕੀ ਕਰਦੇ ਚਾਹੁੰਦੇ ਆ, ਨਹੀਂ ਫਿਰ ਅਸੀਂ ਤਾਹਾਂ ਪਹੁੰਚਾਂਗੇ। ਅਸੀਂ ਇਹ ਨਹੀਂ ਦੇਖਣਾ ਵੀ ਇਹ ਗਰੀਬ ਪਰਿਵਾਰ ਹੈ ਵੀ ਇਹ ਅਸੀਂ ਸੜ ਦੇਣਗੇ, ਅਸੀਂ ਹੁਣ ਇਹਨੂੰ ਸੜਦੇ ਨਹੀਂ। ਅਸੀਂ ਜੇ ਨਾ ਕੋਈ ਕਾਰਵਾਈ ਕਰੀ ਗਈ, ਨਾ ਕੋਈ ਇਹਨਾਂ ਨੇ ਪੁੱਛ ਪੜਤਾਲ ਕਰੀ, ਅਸੀਂ ਥਾਣੇ ਮੂਹਰੇ ਧਰਨਾ ਲਾਵਾਂਗੇ, ਜਿੰਨਾ ਹੋ ਸਕਿਆ ਉੱਥੋਂ ਤੱਕ ਜਾਵਾਂਗੇ। ਹਾਂ ਧਰਨਾ ਬੇਟਾ, ਅਸੀਂ ਧਰਨਾ ਲਾਵਾਂਗੇ ਉੱਥੇ, ਜਣੀ ਜੇ ਨਾ ਸਾਡੀ ਪੁੱਛ ਪੜਤਾਲ ਹੋਈ, ਨਾ ਉਹ ਗ੍ਰਿਫਤਾਰ ਕੀਤਾ, ਫਿਰ ਅਸੀਂ ਥਾਣੇ ਮੂਹਰੇ ਧਰਨਾ ਲਾਵਾਂਗੇ, ਧਰਨਾ ਲਾਵਾਂਗੇ। ਅਸੀਂ ਧਰਨਾ ਚੱਕਦੇ ਨਹੀਂ ਜਿੰਨਾ ਚਿਰ ਸਾਡੀ ਕੋਈ ਗੱਲ ਦਾ ਮੂੰਹ ਸਿਰ ਨਹੀਂ ਬਣਦਾ, ਉਹਨੂੰ ਗ੍ਰਿਫਤਾਰ ਨਹੀਂ ਕਰਦੇ ਉਹਨਾਂ ਚਿਰ ਬੈਠਾਂਗੇ ਅਸੀਂ। ਮੇਰਾ ਨਾਮ ਪਰਮਜੀਤ ਕੌਰ ਆ ਜੀ, ਪਿੰਡ ਸੰਘੇੜਾ ਜੀ। ਇਹ ਬੇਟੀ ਜੀ ਸਾਡੂ ਹੀ ਆ, ਇਹਦੇ ਨਾਲ ਬਹੁਤ ਬੁਰੀ ਦੁਰਘਟਨਾ ਹੋਈ ਹੈ ਜੀ, ਅਸੀਂ ਸੁਣ ਵੀ ਨਹੀਂ ਸਕਦੇ ਜੀ, ਦੱਸ ਵੀ ਨਹੀਂ ਸਕਦੇ। ਭੁਰਖ ਬੇਟੀ ਆ, ਪਿਓ ਜੀ ਮੰਜੇ 'ਤੇ ਲੱਤਾਂ ਮਰੀਆਂ ਹੋਈਆਂ ਨੇ, ਬੈਠਾ ਮਾਂ 8 ਘਰਾਂ ਦਾ ਕੰਮ ਕਰਦੀ ਆ, ਬੱਚਿਆਂ ਦੀ ਰਾਖੀ ਰੱਖੇ ਕਿ ਉਹ ਪਿੰਡ 'ਚ ਕੰਮ ਕਰੇ, ਵੀ ਤਾਂ ਸਖ਼ਤ ਤੋਂ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ। ਕੱਲ ਨੂੰ ਸਾਨੂੰ ਦੇ ਦੇਣਗੇ, ਠੀਕ ਆ। ਸਾਡੀ ਇਹੀ ਮੰਗ ਆ, ਉਹਨੂੰ ਸਜ਼ਾ ਮਿਲਣੀ ਚਾਹੀਦੀ, ਜਿੰਨੀ ਵੀ ਹੋਣੀ ਚਾਹੀਦੀ ਆ, ਉਹਨੂੰ ਫਾਂਸੀ ਹੋਣੀ ਚਾਹੀਦੀ ਆ, ਇਹੀ ਹੱਥ ਬੰਨ ਕੇ ਬੇਨਤੀ ਆ। ਇਹ ਸੀ ਉਹ ਪੀੜਤ ਪਰਿਵਾਰ ਜਿਹੜੇ ਕਿ ਸਰਕਾਰੀ ਹਸਪਤਾਲ ਦੇ ਵਿੱਚ, ਪੂਰਾ ਪਿੰਡ ਇਹਨਾਂ ਦੇ ਨਾਲ, ਇਹਨਾਂ ਦਾ ਭੈਣ ਭਾਈ ਇਕੱਠਾ ਹੋ ਕੇ ਇਹਨਾਂ ਦੇ ਬਰਾਬਰ ਖੜਾ ਹੈਗਾ। ਜਿਵੇਂ ਤੁਹਾਨੂੰ ਅਸੀਂ ਇਸ ਪਰਿਵਾਰ ਨੇ ਮਿਲਾਇਆ, ਇਸੇ ਤਰ੍ਹਾਂ ਤੁਹਾਨੂੰ ਉਸ ASI ਦਾ, ਉਹ SHO ਦਾ ਪੱਖ ਵੀ ਦਿਖਾਵਾਂਗੇ, ਜਿਹਨਾਂ ਕੋਲ ਇਹ ਕੇਸ ਹੈ, ਰਿਪੋਰਟ ਕੱਲ੍ਹ ਦੀ ਦਰਜ ਕੀਤੀ ਗਈ ਆ, ਹਾਲ ਤੱਕ ਉਹ ਗ੍ਰਿਫਤਾਰ ਕਿਉਂ ਨਹੀਂ ਕੀਤੇ ਗਏ। ਜਿਵੇਂ ਤੁਹਾਨੂੰ ਇਸ ਪਰਿਵਾਰ ਦੇ ਨਾਲ ਮਿਲਾਇਆ, ਇਸ ਤਰ੍ਹਾਂ ਤੁਹਾਨੂੰ ਉਹਨਾਂ ਪਰਿਵਾਰ ਦੇ ਨਾਲ ਵੀ ਮਿਲਾਵਾਂਗੇ, ਤੁਹਾਨੂੰ ਉਹਨਾਂ ਦਾ ਪੱਖ ਹੀ ਦਿਖਾਵਾਂਗੇ। ਤੁਸੀਂ ਸਾਡੇ ਨਾਲ ਜੁੜੇ ਉਹਨਾਂ ਦਾ ਪੱਖ ਦੇਖਣ ਦੇ ਲਈ ਸੀ। ਜਨਤਾ ਦੀ ਆਵਾਜ਼ ਦੇਖਦੇ ਸਾਰੇ ਦੋਸਤਾਂ ਸਵਾਗਤ ਹੈ। ਇਸ ਵਕਤ ਅਸੀਂ ਖੜ੍ਹੇ ਹਾਂ ਸਰਕਾਰੀ ਹਸਪਤਾਲ ਦੇ ਵਿੱਚ, ਜਿੱਥੇ ਕਿ 14 ਸਾਲ ਦੀ ਇੱਕ ਲੜਕੀ ਦੇ ਨਾਲ ਜਬਰ ਜਨਾਹ ਕੀਤਾ ਗਿਆ। ਸਾਡੇ ਨਾਲ ਪਿੰਡ ਵਾਸੀ ਮੌਜੂਦ ਹੈ, ਗੱਲਬਾਤ ਕਰਦੇ ਹਾਂ ਕਿ ਉਹਨਾਂ ਦਾ ਇਸ ਪੀੜਤ ਪਰਿਵਾਰ ਲਈ ਕੀ ਕਹਿਣਾ ਗਾ। ਹਾਂਜੀ ਆਂਟੀ ਜੀ, ਕੀ ਕਹਿਣਾ ਚਾਹੁੰਦੇ? ਬੇਟਾ ਉਹਨਾਂ ਨੇ ਬਹੁਤ ਜਬਰ ਜਨਾਹ ਕੀਤਾ, ਜਾਣੀ ਸਾਡੇ ਕੋਲ ਹੁਣ ਜਾਏ ਨੇ ਉਹ ਥਾਣੇ 'ਚ, ਕਹਿੰਦੇ ਵੀ ਅਸੀਂ 50,000 ਦਿੰਦੇ ਹਾਂ, ਵੀ ਤੁਸੀਂ ਦੱਸਣ, ਇਹ ਸਾਰੇ ਮੁਲਾਜ਼ਮ ਵੀ ਦੱਸਣ ਵੀ 50,000 ਵਾਲੀ ਗੱਲ ਹੈ, ਜੇ ਉਹਨਾਂ ਨਾਲ ਜਬਰ ਜਨਾਹ ਹੋ ਜਾਏ ਅਸੀਂ ਲੱਖ ਦੇ ਦਿਆਂਗੇ, ਉਹ ਮੰਨ ਜਾਣਗੇ? ਕੀ ਨਾਂ ਸੀ ਜਿੰਨਾਂ ਦੀ ਮਤਲਬ ਘਟਨਾ ਘਟੀ ਆ ਜੀ? ਇਹ ਕੁੜੀ ਦਾ ਨਾਂ ਕੀ ਆ? ਕੁੜੀ ਦਾ ਨਾਂ ਉਹਦਾ ਨਾਂ ਕੁਲਦੀਪ ਸਿੰਘ ਮੁੰਡੇ ਦਾ। ਕਿੰਨੀ ਉਮਰ ਸੀ ਉਹਨਾਂ ਦੀ ਜੀ? 33 ਸਾਲ ਸੀ। 33 ਸਾਲ ਦੇ ਹਿਸਾਬ ਨਾਲ ਤਾਂ ਉਹਨਾਂ ਦੀ ਬੇਟੀ ਬਰਾਬਰ ਹੋਈ ਜੀ? ਹਾਂ ਉਹਦੀ ਬੇਟੀ ਬਰਾਬਰ ਹੈਗੀ, ਓਡੀ ਕੀ ਉਹਦੀ ਬੇਟੀ, ਇਕੱਠੇ ਖੇਡਦੇ ਨੇ ਬੱਚੇ ਇਹਨਾਂ ਦੇ, ਕੋਲ ਹੀ ਘਰ ਹੈ। ਹਾਂ ਓਡੀ ਕੀ ਬੇਟੀ ਉਹਦੀ ਆ, ਓਡੀ ਕੀ ਇਹ ਆ ਜਿਹੜੀ ਨਾ ਇਹਨੇ ਜਬਰ ਜਨਾਹ ਕੀਤਾ। ਹਾਂਜੀ ਆਂਟੀ ਜੀ। ਹਾਂ ਜੀ, ਬਹੁਤ ਵੱਡੀ ਗਲਤੀ ਹੈ ਜੀ ਉਹਦੀ। ਬਾਕੀ ਰਾਹ ਛੱਡ ਦਿਓ, ਇੱਧਰ ਹੋ ਜਾਓ ਜੀ, ਇੱਧਰ ਖੜੇ ਕੀ ਕਰਦੇ ਹੋ ਤੁਸੀਂ? ਹਾਂਜੀ ਗਰੀਬ ਸਮਝ ਕੇ ਕਰ ਲਿਆ ਵੀ ਉਹਦੇ ਮਾਂ ਬਾਪ ਗਰੀਬ ਨੇ, ਜਮਾਂ 8 ਘਰਾਂ ਦਾ ਕੰਮ ਕਰਦੀ ਆ ਕੁੜੀ ਦੀ ਮਾਂ, ਪਿਓ ਰੇਹੜੀ 'ਤੇ ਵਿਚਾਰਾ ਕਿਚੜੇ ਜੂਠੇ ਭਾਂਡੇ ਮਾਜਿਆ, ਐਂ ਟਾਈਮ ਪਾਸ ਕਰਦੇ ਨੇ, ਉਹਨਾਂ ਨੇ ਐਂ ਦੇਖ ਲਿਆ ਵੀ ਇਹਨਾਂ ਦਾ ਕੋਈ ਨਹੀਂ। ਹੁਣ ਅੱਜ ਅਸੀਂ ਇਸ ਗਰੀਬ ਦੇ ਨਾਲ ਖੜੇ ਹਾਂ, ਉਹਨੂੰ
ਵੱਡੀ ਤੋਂ ਵੱਡੀ ਸਜ਼ਾ ਮਿਲਣੀ ਚਾਹੀਦੀ ਹੈ, ਕੋਈ ਦੀ ਜਵਾਨਤ ਵੀ ਨਹੀਂ ਹੋਣੀ ਚਾਹੀਦੀ, ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ ਕਿਸੇ ਦੀ ਹੋਰ ਧੀ ਭੈਣ ਨਾਲ। ਫਿਰ ਜੀ ਉਲਟੇ ਆ ਕੇ ਕਹਿੰਦੇ ਨੇ 50,000 ਲੈ ਲਓ, ਅਸੀਂ ਜੀ 1,00,000 ਦਿੰਦੇ ਹਾਂ ਇਕੱਠਾ ਕਰਕੇ ਸਾਰੇ ਭੈਣ ਭਾਈ ਉਹਦੀ ਕੁੜੀ ਨਾਲ, ਫਿਰ ਉਹਦੇ ਘਰ ਵਾਲੇ ਦੀ ਕੋਈ ਗੱਲਬਾਤ ਕਰਾ ਦਾਂ ਅਸੀਂ। ਫਿਰ ਮਨ ਖੁਸ਼ ਹੈ ਜੀ ਜੇ ਬਿੜੀ ਲਏ, ਫਿਰ ਰਾਜ ਬੰਦਾ ਨਹੀਂ ਰਾਜ ਬੰਦਾ ਕਰ। ਪ੍ਰਸ਼ਾਸਨ ਨੇ ਤੁਹਾਨੂੰ ਕੀ ਵਿਸ਼ਵਾਸ ਦਵਾਇਆ ਹੁੰਦਾ? ਉਹਨਾਂ ਨੇ ਜੇ ਸਾਡੇ ਨਾਲ ਕੋਈ ਗੱਲਬਾਤ ਨਹੀਂ ਕਰੀ, ਕੋਈ ਗੱਲਬਾਤ ਨਹੀਂ ਜੀ ਸਾਡੇ ਨਾਲ ਕਰੀ ਉਹਨਾਂ ਨੇ, ਆਪਾਂ ਇਵੇਂ ਕਹਿ ਦਈਏ। ਜੇ ਜੀ ਨਾ ਉਹ ਕਰਨਗੇ ਫਿਰ ਜਹੀ ਸਾਥ ਹੋਈ ਅਸੀਂ ਕਰਾਂਗੇ, ਕੋਈ ਧਰਨਾ ਲਾਈਏ ਕੁਛ ਵੀ ਕਰੀਏ, ਅਸੀਂ ਤਾਹਾਂ ਤੱਕ ਪਹੁੰਚਾਂਗੇ, ਅਸੀਂ ਤਾਹਾਂ ਤੱਕ ਪਹੁੰਚਾਂਗੇ ਬੇਟਾ, ਅਸੀਂ ਜਿੱਥੋਂ ਤੱਕ ਹੋਇਆ ਉੱਥੋਂ ਤੱਕ ਅਸੀਂ ਇਹਨਾਂ ਦੇ ਨਾਲ ਖੜੇ। ਸਾਡੇ ਨਾਲ ਹੋਰ ਵੀ ਪਿੰਡ ਵਾਸੀ ਮੌਜੂਦ, ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਹਾਂਜੀ ਬਾਈ ਜੀ, ਹਾਂਜੀ ਆਂਟੀ ਕੀ ਕਹਿਣਾ ਚਾਹੁੰਦੇ? ਹਾਂ ਵੀਰੇ, ਸਾਨੂੰ ਕੋਈ ਕਿਸ ਚੀਜ਼ ਦਾ ਉਹ ਨਹੀਂ ਹੈਗੀ, ਇਹਨਾਂ ਜ਼ਰੂਰ ਸਜ਼ਾ ਹੋਣੀ ਚਾਹੀਦੀ ਉਸ ਬੰਦੇ ਨੂੰ, ਅੱਜ ਉਹਦੇ ਨਾਲ ਹੋਈ ਅਤੇ ਕੱਲ੍ਹ ਨੂੰ ਸਾਡੀਆਂ ਬੇਟੀਆਂ ਨਾਲ ਹੋਊਗੀ, ਅਤੇ ਸਾਨੂੰ ਇਹੀ ਚਾਹੁੰਦੇ ਹਾਂ ਅਸੀਂ ਵੀ ਸਾਨੂੰ ਕਿਸੇ ਚੀਜ਼ ਦੀ ਲੋੜ ਨਹੀਂ, ਉਹਨੂੰ ਫਾਂਸੀ ਹੋਣੀ ਚਾਹੀਦੀ ਆ ਜ਼ਿਆਦਾ ਤੋਂ ਜ਼ਿਆਦਾ, ਠੀਕ ਹੈ ਨਾ? ਉਹ ਸਾਨੂੰ ਅੱਜ ਉਹਨਾਂ ਨੂੰ 50,000 ਦਿੰਦੇ, ਕੱਲ੍ਹ ਨੂੰ ਸਾਨੂੰ ਦੇ ਦੇਣਗੇ, ਠੀਕ ਆ? ਸਾਡੀ ਇਹੀ ਮੰਗ ਆ, ਉਹਨੂੰ ਸਜ਼ਾ ਮਿਲਣੀ ਚਾਹੀਦੀ ਜਿੰਨੀ ਵੀ ਹੋਣੀ ਚਾਹੀਦੀ ਆ, ਉਹਨੂੰ ਫਾਂਸੀ ਹੋਣੀ ਚਾਹੀਦੀ ਆ, ਇਹੀ ਹੱਥ ਬੰਨ ਕੇ ਬੇਨਤੀ ਆ। ਇਹ ਸੀ ਉਹ ਪੀੜਤ ਪਰਿਵਾਰ ਜਿਹੜੇ ਕਿ ਸਰਕਾਰੀ ਹਸਪਤਾਲ ਦੇ ਵਿੱਚ ਪੂਰਾ ਪਿੰਡ ਇਹਨਾਂ ਦੇ ਨਾਲ, ਇਹਨਾਂ ਦਾ ਭੈਣ ਭਾਈ ਇਕੱਠਾ ਹੋ ਕੇ ਇਹਨਾਂ ਦੇ ਬਰਾਬਰ ਖੜਾ ਹੈਗਾ। ਜਿਵੇਂ ਤੁਹਾਨੂੰ ਅਸੀਂ ਇਸ ਪਰਿਵਾਰ ਨੂੰ ਮਿਲਾਇਆ, ਇਸੇ ਤਰ੍ਹਾਂ ਤੁਹਾਨੂੰ ਉਸ ASI ਦਾ, ਉਹ SHO ਦਾ ਪੱਖ ਵੀ ਦਿਖਾਵਾਂਗੇ ਜਿਨ੍ਹਾਂ ਕੋਲ ਇਹ ਕੇਸ ਹੈ, ਰਿਪੋਰਟ ਕੱਲ੍ਹ ਦੀ ਦਰਜ ਕੀਤੀ ਗਈ ਆ, ਹਾਲ ਤੱਕ ਉਹ ਗ੍ਰਿਫਤਾਰ ਕਿਉਂ ਨਹੀਂ ਕੀਤੇ ਗਏ। ਜਿਵੇਂ ਤੁਹਾਨੂੰ ਇਸ ਪਰਿਵਾਰ ਦੇ ਨਾਲ ਮਿਲਾਇਆ, ਇਸ ਤਰ੍ਹਾਂ ਤੁਹਾਨੂੰ ਉਹਨਾਂ ਪਰਿਵਾਰ ਦੇ ਨਾਲ ਵੀ ਮਿਲਾਵਾਂਗੇ, ਤੁਹਾਨੂੰ ਉਹਨਾਂ ਦਾ ਪੱਖ ਹੀ ਦਿਖਾਵਾਂਗੇ। ਤੁਸੀਂ ਸਾਡੇ ਨਾਲ ਜੁੜੇ ਉਹਨਾਂ ਦਾ ਪੱਖ ਦੇਖਣ ਦੇ ਲਈ ਸੀ। ਕੱਲ੍ਹ ਇੱਕ 112 ਦੀ ਕੰਪਲੇਂਟ ਆਈ ਸੀ ਕਿ ਸੰਘੇੜਾ ਪਿੰਡ ਦੀ ਕੋਈ ਨਾਬਾਲਗ ਲੜਕੀ ਦੇ ਨਾਲ ਜਬਰ ਜਨਾਹ ਹੋਇਆ। ਉਸ ਤੋਂ ਬਾਅਦ ਸਾਡੀ ਟੀਮ ਜਿਹੜੀ ਇਸ ਵਿਸ਼ੇ ਦੀ ਜਿਹੜੀ ਪੜਤਾਲ ਕਰ ਰਹੀ ਹੈ, ਅਤੇ ਨਾਲ ਦੀ ਨਾਲ ਇਹ ਵੀ ਹੈ ਕਿ ਉਹ ਲੜਕੀ ਹੈ ਜਿਹੜੀ ਪੀੜਿਤ, ਉਹ ਹਸਪਤਾਲ ਦਾਖਲ ਹੋਈ ਹੈ। ਉਹਦਾ ਬਿਆਨ ਅਸੀਂ, ਸਾਡੇ ਲੇਡੀ ਸਬ ਇੰਸਪੈਕਟਰ ਮਨਪ੍ਰੀਤ ਕੌਰ ਆਏ ਨੇ, ਇਹਨਾਂ ਦੇ ਰਾਹੀਂ ਉਹਦਾ ਬਿਆਨ ਹਾਸਲ ਕਰਾਂਗੇ। ਬਿਆਨ ਤੋਂ ਉਪਰੰਤ ਜਿਹੜੀ ਕਾਰਵਾਈ ਹੋਊਗੀ, ਅਸੀਂ ਜਿਸ ਵੀ ਵਿਅਕਤੀ ਦਾ ਨਾਮ ਉਹ ਦਰਜ ਕਰਾਊਗੀ ਉਹਦੇ ਖਿਲਾਫ਼ ਕਾਰਵਾਈ ਕਰਾਂਗੇ। ਉਸ ਕਾਰਵਾਈ ਤੋਂ ਬਾਅਦ ਅੱਗੇ ਤਫਤੀਸ਼ ਕਰਕੇ ਜੋ ਜੋ ਗੱਲਾਂ ਸਾਹਮਣੇ ਹੋਣਗੀਆਂ ਜਾਂ ਜੋ ਜੋ ਫੈਕਟ ਆਣਗੇ ਉਸ ਦੇ ਅਨੁਸਾਰ ਤਫਤੀਸ਼ ਕੀਤੀ ਜਾਵੇਗੀ। ਗ੍ਰਿਫਤਾਰੀ ਨਹੀਂ, ਅਜੇ ਤੱਕ ਇਸ ਵਿਸ਼ੇ 'ਚ ਗ੍ਰਿਫਤਾਰੀ ਕੋਈ ਨਹੀਂ ਹੈ, ਪਰ ਉੱਦਾਂ ਇਹ ਹੈ ਕਿ ਸਾਡੀ ਟੀਮ ਜ਼ਰੂਰ ਲੱਗੀ ਹੋਈ ਹੈ, ਮਤਲਬ ਆਲੇ ਦੁਆਲੇ ਤੋਂ ਜੋ ਵੀ ਪੁੱਛ ਪੜਤਾਲ ਚੱਲ ਰਹੀ ਹੈ। ਪਰ ਸਭ ਤੋਂ ਪਹਿਲਾਂ ਸਾਡੀ ਡਿਊਟੀ ਹੈ ਕਿ ਅਸੀਂ ਉਹ ਪੀੜਿਤ ਲੜਕੀ ਹੈ ਜਿਹੜੀ, ਉਹਦਾ ਬਿਆਨ ਲਿਖਾਂਗੇ। ਬਿਆਨ ਲਿਖ ਕੇ ਅਸੀਂ ਮੁਕੱਦਮਾ ਦਰਜ ਕਰਕੇ ਅਗਲੀ ਤਫਤੀਸ਼ ਕਰਕੇ ਜੋ ਵੀ ਕਾਰਵਾਈ ਬਣੂਗੀ ਕੀਤੀ ਜਾਊਗੀ।